ਚੋਰਾਂ ਦੇ ਵੱਲੋਂ ਇੱਕ ਘਟੀਆ ਕਰਤੂਤ ਕੀਤੀ ਗਈ ਹੈ ਕਿ ਹੁਣ ਚਾਹ ਵਾਲੇ ਨੂੰ ਵੀ ਚੋਰਾਂ ਦੇ ਵੱਲੋਂ ਨਹੀਂ ਬਖਸ਼ਿਆ ਜਾ ਰਿਹਾ। ਦੱਸ ਦਈਏ ਕਿ ਇੱਕ ਗਰੀਬ ਬੰਦਾ ਮਸਾਂ ਹੀ 4 ਕੱਪ ਵੇਚ ਕੇ ਆਪਣੇ ਘਰ ਦਾ ਪਰਿਵਾਰ ਪਾਲਦਾ ਸੀ, ਪਰ ਹੁਣ ਚੋਰਾਂ ਤੋਂ ਇਹ ਵੀ ਨਹੀਂ ਸਹਿ ਹੋਇਆ। ਦੱਸ ਦਈਏ ਕਿ ਉਸਦਾ ਸਿਲੰਡਰ ਹੀ ਚੋਰੀ ਕਰਕੇ ਲੈ ਗਏ ਨੇ। ਤਾਂ ਦੱਸ ਦਈਏ ਕਿ ਇੱਕ ਚਾਹ ਵਾਲੀ ਦੁਕਾਨ ਦੇ ਵਿੱਚ ਚੋਰਾਂ ਦੇ ਵੱਲੋਂ ਚੋਰੀ ਕੀਤੀ ਗਈ ਹੈ। ਬਾਈਕ ਦੇ ਉੱਤੇ ਆਏ 2 ਚੋਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਘਟਨਾ CCTV ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਚਾਹ ਦੀ ਦੁਕਾਨ ਨਜ਼ਰ ਆ ਰਹੀ ਹੈ ਤੇ ਠੀਕ ਪਹਿਲਾਂ ਇਸ ਦੇ ਅੱਗੋਂ ਤੀ ਇੱਕ ਬਾਈਕ ਦੇ ਉੱਤੇ ਸਵਾਰ ਹੋ ਕੇ ਇਹ 2 ਚੋਰ ਲੰਘਦੇ ਨੇ। ਯਾਨੀ ਕਿ ਪਹਿਲਾਂ ਰੇਕੀ ਕੀਤੀ ਜਾਂਦੀ ਹੈ ਕਿ ਦੁਕਾਨ ਦੇ ਵਿੱਚ ਕੋਈ ਹੈ ਜਾਂ ਫਿਰ ਨਹੀਂ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਇਹ ਕਾਫ਼ੀ ਅੱਗੇ ਜਾਂਦੇ ਨੇ ਤੇ ਵਾਪਸ ਆਉਂਦੇ ਨੇ, ਤਾਂ ਵਾਪਸੀ ਦੇ ਵੇਲੇ ਜਦੋਂ ਆ ਕੇ ਦੇਖਦੇ ਨੇ ਕਿ ਦੁਕਾਨ ਦੇ ਵਿੱਚ ਕੋਈ ਨਹੀਂ ਹੈ, ਤਾਂ ਜਾ ਕੇ ਉੱਥੋਂ ਸਿਲੰਡਰ ਖੋਲ ਕੇ ਬਾਈਕ ਦੇ ਉੱਤੇ ਆਪਣੇ ਨਾਲ ਹੀ ਲੈ ਕੇ ਫਰਾਰ ਹੋ ਜਾਂਦੇ ਨੇ। ਹਾਲਾਂਕਿ ਇਲਾਕੇ ਦੇ ਵਿੱਚ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਆਏ ਦਿਨ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ, ਪਰ ਪੁਲਿਸ ਦੇ ਹੱਥ ਹਾਲੇ ਵੀ ਖਾਲੀ ਨਜ਼ਰ ਆ ਰਹੇ ਨੇ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਦੁਕਾਨ ਤੋਂ ਮਹਿਜ਼ ਕੁਝ ਮੀਟਰ ਦੀ ਦੂਰੀ 'ਤੇ ਹੀ ਪੁਲਿਸ ਚੌਕੀ ਵੀ ਹੈ, ਤਾਂ ਵੀ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਨੇ ਕਿ ਬੇਖੌਫ ਹੋ ਕੇ ਉਹਨਾਂ ਦੇ ਵੱਲੋਂ 3 ਦਿਹਾੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਮਾਨਸਾ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਹੁਣ ਗਰੀਬ ਚਾਹ ਵਾਲੇ ਨੂੰ ਵੀ ਚੋਰਾਂ ਵੱਲੋਂ ਨਹੀਂ ਬਖਸ਼ਿਆ ਗਿਆ। ਚੋਰਾਂ ਦੇ ਵੱਲੋਂ ਇੱਕ ਘਟੀਆ ਕਰਤੂਤ ਕੀਤੀ ਗਈ ਹੈ ਕਿ ਹੁਣ ਚਾਹ ਵਾਲੇ ਨੂੰ ਵੀ ਚੋਰਾਂ ਦੇ ਵੱਲੋਂ ਨਹੀਂ ਬਖਸ਼ਿਆ ਜਾ ਰਿਹਾ। ਦੱਸ ਦਈਏ ਕਿ ਇੱਕ ਗਰੀਬ ਬੰਦਾ ਮਸਾਂ ਹੀ 4 ਕੱਪ ਵੇਚ ਕੇ ਆਪਣੇ ਘਰ ਦਾ ਪਰਿਵਾਰ ਪਾਲਦਾ ਸੀ, ਪਰ ਹੁਣ ਚੋਰਾਂ ਤੋਂ ਇਹ ਵੀ ਨਹੀਂ ਸਹਿ ਹੋਇਆ। ਦੱਸ ਦਈਏ ਕਿ ਉਸਦਾ ਸਿਲੰਡਰ ਹੀ ਚੋਰੀ ਕਰਕੇ ਲੈ ਗਏ ਨੇ। ਤਾਂ ਦੱਸ ਦਈਏ ਕਿ ਇੱਕ ਚਾਹ ਵਾਲੀ ਦੁਕਾਨ ਦੇ ਵਿੱਚ ਚੋਰਾਂ ਦੇ ਵੱਲੋਂ ਚੋਰੀ ਕੀਤੀ ਗਈ ਹੈ। ਬਾਈਕ ਦੇ ਉੱਤੇ ਆਏ 2 ਚੋਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਘਟਨਾ CCTV ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਚਾਹ ਦੀ ਦੁਕਾਨ ਨਜ਼ਰ ਆ ਰਹੀ ਹੈ ਤੇ ਠੀਕ ਪਹਿਲਾਂ ਇਸ ਦੇ ਅੱਗੋਂ ਤੀ ਇੱਕ ਬਾਈਕ ਦੇ ਉੱਤੇ ਸਵਾਰ ਹੋ ਕੇ ਇਹ 2 ਚੋਰ ਲੰਘਦੇ ਨੇ। ਯਾਨੀ ਕਿ ਪਹਿਲਾਂ ਰੇਕੀ ਕੀਤੀ ਜਾਂਦੀ ਹੈ ਕਿ ਦੁਕਾਨ ਦੇ ਵਿੱਚ ਕੋਈ ਹੈ ਜਾਂ ਫਿਰ ਨਹੀਂ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਇਹ ਕਾਫ਼ੀ ਅੱਗੇ ਜਾਂਦੇ ਨੇ ਤੇ ਵਾਪਸ ਆਉਂਦੇ ਨੇ, ਤਾਂ ਵਾਪਸੀ ਦੇ ਵੇਲੇ ਜਦੋਂ ਆ ਕੇ ਦੇਖਦੇ ਨੇ ਕਿ ਦੁਕਾਨ ਦੇ ਵਿੱਚ ਕੋਈ ਨਹੀਂ ਹੈ, ਤਾਂ ਜਾ ਕੇ ਉੱਥੋਂ ਸਿਲੰਡਰ ਖੋਲ ਕੇ ਬਾਈਕ ਦੇ ਉੱਤੇ ਆਪਣੇ ਨਾਲ ਹੀ ਲੈ ਕੇ ਫਰਾਰ ਹੋ ਜਾਂਦੇ ਨੇ। ਹਾਲਾਂਕਿ ਇਲਾਕੇ ਦੇ ਵਿੱਚ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਆਏ ਦਿਨ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ, ਪਰ ਪੁਲਿਸ ਦੇ ਹੱਥ ਹਾਲੇ ਵੀ ਖਾਲੀ ਨਜ਼ਰ ਆ ਰਹੇ ਨੇ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਦੁਕਾਨ ਤੋਂ ਮਹਿਜ਼ ਕੁਝ ਮੀਟਰ ਦੀ ਦੂਰੀ 'ਤੇ ਹੀ ਪੁਲਿਸ ਚੌਕੀ ਵੀ ਹੈ, ਤਾਂ ਵੀ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਨੇ ਕਿ ਬੇਖੌਫ ਹੋ ਕੇ ਉਹਨਾਂ ਦੇ ਵੱਲੋਂ 3 ਦਿਹਾੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਮਾਨਸਾ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਹੁਣ ਗਰੀਬ ਚਾਹ ਵਾਲੇ ਨੂੰ ਵੀ ਚੋਰਾਂ ਵੱਲੋਂ ਨਹੀਂ ਬਖਸ਼ਿਆ ਗਿਆ।